ਅਸੀਕਾ ਜੀ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੇ ਬਲੌਗ 'ਚ। ਅਤੇ ਅੱਜ ਦਿਵਾਲੀ ਆ, ਦਿਵਾਲੀ ਦੀਆਂ ਸਭ ਨੂੰ ਲੱਖ ਲੱਖ ਮੁਬਾਰਕਾਂ, ਸਭ ਨੂੰ ਖੁਸ਼ੀਆਂ ਭਰਿਆ ਆਵੇ, ਤਿਆਰ ਜਿਹੜਾ ਵੀ ਆਵੇ। ਅਤੇ ਅੱਜ ਅਸੀਂ ਚੱਲੇ ਹਾਂ ਜੀ ਸਕੂਟਰੀ ਲੈਣ, ਥੰਬਨੇਲ ਪਿਕਚਰ ਤਾਂ ਤੁਸੀਂ ਦੇਖ ਹੀ ਲਿਆ ਹੋਣਾ। ਅਤੇ ਚੱਲਦੇ ਹਾਂ ਫਿਰ ਅੱਜ ਰੋਪੜ 'ਤੇ ਲੈ ਕੇ ਆਉਣੀ ਆ ਜੀ ਇਲੈਕਟ੍ਰਿਕ ਬਾਈਕ। ਅਤੇ ਕੱਲ੍ਹ ਦੱਸਦੇ ਹਾਂ ਫਿਰ ਤੁਹਾਨੂੰ ਕਿਵੇਂ ਦੀ ਕਿੰਨੇ ਦੀ ਕਿਆ ਹਿਸਾਬ ਕਿਤਾਬ ਆ। ਇੱਧਰ ਰੋਡ ਵਾਲਿਆਂ ਨੇ ਵੀ ਬਹੁਤ ਗਾਹ ਪਾਇਆ ਪਿਆ ਯਾਰ, ਪਰਸੋਂ ਮੀਂਹ ਪਿਆ ਖਾਸਾ, ਆਪਣੇ ਇਲਾਕੇ 'ਚ ਪਿਆ, ਉੱਧਰ ਨਹੀਂ ਪਿਆ ਹੈਗਾ, ਚਿੱਕੜ ਹੋਇਆ ਪਿਆ ਸਾਰਾ ਹੀ। ਆਉਂਦੇ ਹੋਏ ਮੈਂ ਕਹਿੰਦਾ ਉੱਧਰ ਨੂੰ ਆ ਜਾਂਦੇ। ਉਹ ਹਾਂ ਸੱਚ, ਉਹ ਡਹਿਰ ਵਾਲੀ ਸੜਕ ਪੱਕੀ ਹੋਈ ਵੀ ਸਿੱਧਾ ਬੜਿਆਂ ਨੂੰ, ਉੱਥੇ ਵੀ ਚਿਕੜੀ ਹੋ ਗਈ ਫਿਰ, ਉੱਥੇ ਪੁਲ ਬਣਦਾ ਉੱਧਰ ਜਿਹੜਾ। ਨਾ ਨਾ ਇੰਨੀ ਤਾਂ ਨਹੀਂ ਹੈਗੀ, ਉਹ ਥੋੜ੍ਹੀ ਜਿਹੀ ਹੋਆ ਕੱਚੀ, ਗਾਹਾਂ 'ਤੇ ਪੱਕੀ ਆ। ਲਓ ਬਾਈ ਪਹੁੰਚ ਗਏ ਜੀ, ਆ ਖੜੀਆਂ ਸਕੂਟਰੀਆਂ। ਦੱਸ ਫਿਰ ਕਿਹੜੀ ਲੈਣੀ ਆ। ਪੰਜਾਹ ਹਜ਼ਾਰ ਦਾ ਮਾਡਲ ਹੈ ਜੀ ਇਹ, ਇੱਕ ਵਾਰੀ ਚਾਰਜ ਕਰਕੇ 50 ਤੋਂ 55 ਕਿਲੋਮੀਟਰ ਚੱਲਦਾ ਜੀ ਇੱਕ ਵਾਰੀ ਚਾਰਜ ਕਰਕੇ। 1000 ਵਾਟ ਦੀ ਇਹਦੇ 'ਚ ਮੋਟਰ ਆ ਜਾਂਦੀ ਹੈ ਜੀ, 1-1 ਸਾਲ ਦੀ ਗਰੰਟੀ ਹੈ ਜੀ, ਬੈਟਰੀ ਮੋਟਰ ਕੰਟਰੋਲਰ ਕਨਵਰਟਰ ਅਤੇ ਚਾਰਜਰ ਜੀ। ਹਾਂਜੀ, ਇਹਦੀ ਸਪੀਡ ਕਿੰਨੀ, ਭਜਾਈ 'ਚ ਕਿੰਨੀ? 45 ਤੋਂ 50 ਦੀ ਸਪੀਡ ਆ, 45 ਚੱਲਦੀ। ਹਾਂਜੀ ਹਾਂਜੀ, 45 ਤੋਂ 50 ਦੀ। ਉਹਦੇ ਬਾਅਦ ਆਹ ਮਾਡਲ ਆ ਜਾਂਦਾ ਜੀ, ਫਿਰ ਇਹ ਮਾਡਲ ਆ ਜਾਂਦਾ, ਇਹ ਹੈਗਾ 72,000 ਦਾ ਮਾਡਲ ਹੈ ਜੀ, 3100 ਰੁਪਏ ਦਾ ਡਿਸਕਾਊਂਟ ਹੈ ਜੀ ਇਹ ਮਾਡਲ 'ਤੇ। ਹਾਂਜੀ, ਅਤੇ ਇੱਕ ਵਾਰੀ ਚਾਰਜ ਹੋ ਕੇ 80-85 ਕਿਲੋਮੀਟਰ ਚੱਲਦਾ ਜੀ ਇੱਕ ਵਾਰੀ ਚਾਰਜ ਹੋ ਕੇ ਇਹਨੂੰ। ਠੀਕ ਹੈ ਜੀ। 12-ਇੰਚੀ ਟਾਇਰ ਹੈ ਇਹਦੇ ਵਿੱਚ, 1500 ਵਾਟ ਦੀ ਮੋਟਰ ਆ ਜਾਂਦੀ ਹੈ ਜੀ, ਇਹਦੀ ਵੀ ਸੇਮ ਗਰੰਟੀ ਵਰੰਟੀ ਸੇਮ ਆ, 1-1 ਸਾਲ ਦੀ ਹੈ ਜੀ, ਬੈਟਰੀ ਮੋਟਰ ਕੰਟਰੋਲਰ ਕਨਵਰਟਰ ਚਾਰਜਰ, 1-1 ਸਾਲ ਦੀ ਗਰੰਟੀ ਹੈ ਜੀ। ਅਤੇ ਉਹ ਤੋਂ ਬਾਅਦ ਫਿਰ ਆ ਜਾਂਦਾ ਜੀ ਆਪਣੇ ਕੋਲ, ਇਹ ਆ ਜਾਂਦਾ ਜੀ ਸਕੂਟਰ ਲੁੱਕ ਵਿੱਚ ਆ ਜਾਂਦਾ ਮਾਡਲ, ਇਹਦੀ ਵੀ 1200 ਵਾਟ, ਇਹਦੀ 1800 ਵਾਟ ਦੀ ਮੋਟਰ ਆ ਜਾਂਦੀ ਹੈ ਜੀ ਇਹਦੇ 'ਚ। ਓਕੇ, ਅਤੇ 12-ਇੰਚੀ ਟਾਇਰ ਆ ਜਾਂਦੇ ਆ, ਇਹ ਵੀ 80-85 ਕਿਲੋਮੀਟਰ ਚੱਲਦਾ ਜੀ, 55-60 ਦੀ ਸਪੀਡ ਹੋਏਗੀ ਜੀ। ਟਾਇਰ ਟਿਊਬ ਵਾਲੇ ਆ, ਟਿਊਬਲੈਸ ਟਾਇਰ ਹੈ ਜੀ ਇਹਦੇ। ਠੀਕ ਹੈ। ਹਾਂਜੀ, ਇਹਦੇ 'ਚ, ਹਾਂਜੀ ਹਾਂਜੀ, ਸਾਰਿਆਂ ਦੇ ਟਿਊਬਲੈਸ ਟਾਇਰ ਹੈ, 1800 ਵਾਟ ਦੀ ਮੋਟਰ ਹੈ ਜੀ ਇਹਦੇ ਵਿੱਚ, 80-85 ਕਿਲੋਮੀਟਰ ਚੱਲਦਾ ਜੀ ਇੱਕ ਵਾਰੀ। ਜਿਵੇਂ ਹੁਣ ਮੰਨ ਲਾ ਵੀ ਕਿਤੇ ਆਪਾਂ ਬਾਹਰ ਗਏ ਹੋਏ ਹਾਂ ਕਿਤੇ, ਹੈ ਨਾ, ਫੰਕਸ਼ਨ 'ਤੇ, ਅਤੇ ਲੋਕ ਲੂਕ ਜੇ ਕੋਈ ਮਤਲਬ ਕਿ ਇੱਕ ਨਹੀਂ ਲੈ ਗਿਆ ਜੀ, ਇਹਦੇ 'ਚ ਸੈਂਟਰ ਲੋਕਿੰਗ ਸਿਸਟਮ ਆ ਜਾਂਦਾ, ਬਾਕੀ ਹੈਂਡਲ ਲੋਕ ਤਾਂ ਤੁਹਾਨੂੰ ਪਤਾ ਚਾਬੀ ਤੋਂ ਹੋ ਜਾਣਾ ਜੀ। ਠੀਕ ਹੈ, ਸੈਂਟਰ ਲੋਕਿੰਗ ਸਿਸਟਮ ਆ ਜਾਂਦਾ, ਚੱਕਾ ਜਿਹੜਾ ਲੋਕ ਹੋ ਜਾਂਦਾ ਜੀ, ਉਹ ਫਿਰ ਰੁੜਦੀ ਵੀ ਨਹੀਂ ਹੈਗੀ, ਰੁੜਦੀ ਵੀ ਨਹੀਂ ਹੈਗੀ ਚੱਕੇ ਦੇ। ਮੰਨ ਲਾ ਜੇ ਕੱਲ ਨੂੰ ਬੈਟਰੀ ਡਾਊਨ ਹੋਊਗੀ ਤਾਂ ਫਿਰ ਉਹ ਰੁੜ ਜੂਗੀ ਕਿ ਨਹੀਂ? ਨਹੀਂ ਨਹੀਂ, ਉਹ ਲੋਕ ਲੱਗਿਆ ਰਹਿਣਾ ਤੁਹਾਡਾ। ਦੇਖੀ ਕਿਤੇ ਭਰਾਵਾ ਮੋਢਿਆਂ ਭਰੇ ਚੱਕਣੀ ਪੈ ਜਾਵੇ, ਲੋਕ ਲੱਗਿਆ ਰਹਿਣਾ ਜੀ, ਬੈਟਰੀ ਕਿਹੜਾ ਇੱਕ ਹੀ ਨਾਮ ਟੈਟ ਹੋ ਜਾਣਾ। ਇਹਦਾ ਤਾਂ ਮਤਲਬ ਆਇਆ ਵੀ ਕੁਦਰਤ ਦੇ ਮੰਨ ਲਿਆ ਪਾਸੇ ਵੱਧ ਚੱਲ ਗਈ, ਹਾਂਜੀ ਵੱਧ ਚਲਾ ਹੋ ਗਈ, ਹਾਂਜੀ, ਤੇ ਬੈਟਰੀ ਰਾਤ ਦੇ ਡਾਊਨ ਹੋ ਗਈ, ਕੋਈ ਵਿੱਚ ਸਪੇਅਰ ਹੁੰਦੀ ਹੈ ਵੀ ਆਪਾਂ ਬਦਲ ਸਕਦੇ? ਵੀ ਬੈਟਰੀ ਚੋਂ ਸਪੇਅਰ ਬੈਟਰੀ ਨਹੀਂ ਹੁੰਦੀ, ਇਹਨੇ ਤੁਹਾਡੇ ਲੋਕਲ ਘੁੰਮਣੇ ਨਹੀਂ ਹੁੰਦੀ, ਆਪ ਤੋਂ ਤੁਸੀਂ 1 ਕਿਲੋਮੀਟਰ ਤੋਂ 1 ਕਿਲੋਮੀਟਰ ਬਾਅਦ ਚਲਾਓ। ਲਓ ਜੀ ਬਾਬਿਓ, ਫਾਈਨਲੀ ਆਪਾਂ ਨੇ ਸਕੂਟਰੀ ਸਿਲੈਕਟ ਕਰ ਲਈ, ਇੰਨੀਆਂ ਸਾਰੀਆਂ ਸਕੂਟਰੀਆਂ 'ਚੋਂ, ਅਤੇ ਇੱਧਰ ਕੰਮ ਲੋਟ ਆਇਆ ਵਾ ਬਾਈ, ਉਹਨੇ ਨੰਬਰ ਪਲੇਟਾਂ ਕਾ ਅਸੈਸਰੀ ਵਗੈਰਾ ਕੱਸ ਰਹੇ ਨੇ। 6 ਬੈਟਰੀਆਂ ਇਹਦੇ ਵਿੱਚ, ਪਹਿਲਾਂ ਵਾਲੀ 5 ਵਾਲੀ ਦੀ ਹੈ ਨਾ। ਇੱਧਰ ਚਾ ਫੋਨ ਚਾਰਜਰ ਲਾਉਣੇ ਨੂੰ, ਇੱਧਰ ਰੱਖਣ, ਇੱਧਰ ਚਾਰਜ ਲੱਗਦੀ ਹੈ ਸੀਟ ਦੇ ਥੱਲੇ ਦੇ। ਜਦੋਂ ਆਪਾਂ ਇਹਦੀ ਚਾਬੀ ਔਨ ਕਰਨੀ ਨੇ, ਇਹਨੇ ਪਹਿਲਾਂ ਪਾਰਕਿੰਗ ਮੋਡ ਵਿੱਚ ਖੜੀ ਰਹਿਣਾ, ਇਹਨੇ ਰੇਸ ਨਹੀਂ ਫੜਨੀ ਜਦ ਤੱਕ ਆਪਾਂ ਪਾਰਕਿੰਗ ਮੋਡ ਨਹੀਂ ਹਟਾਉਂਦੇ। ਆਪਾਂ ਜਿਹੜੀ ਮਰਜ਼ੀ ਬ੍ਰੇਕ ਦੱਬਣੀ, ਜਾਂ ਅੱਗੇ ਵਾਲੀ ਜਾਂ ਪਿੱਛੇ ਵਾਲੀ ਬ੍ਰੇਕ ਦੀ, ਜਿਵੇਂ ਸਟਾਰਟ ਕਰ ਦੇਣਾ ਸਕੂਟਰੀ, ਇੱਕ ਵਾਰੀ ਦੱਬਣੀ ਛੱਡ ਦੇਣਾ, ਉਹਦੇ ਬਾਅਦ ਜਾਂ 0-0 ਆ ਗਿਆ, ਰੇਡੀ ਲਿਖਿਆ ਆ ਗਿਆ, ਉਹਦੇ ਬਾਅਦ ਸਟਾਰਟ ਹੈ ਜੀ ਸਕੂਟਰੀ, ਫਿਰ ਤੋਰ ਲੈਣੀ। ਹਾਂਜੀ, ਫਿਰ ਤੋਰ ਲਓ ਜੀ ਸਕੂਟਰੀ।
ਤੇ ਉਹਦੇ ਬਾਅਦ ਆ ਗਈ ਇਹ ਆ ਗਈ ਆਪਣੀ 1-2-3 ਸਪੀਡ ਮੋਡ ਆਪਾਂ ਜਿਸ ਹਿਸਾਬ ਦੀ ਸਪੀਡ ਨਾਲ ਚੱਲਣਾ ਜੀ ਜਿੱਦਾਂ ਆਪਾਂ ਲੋਕਲ ਬਾਜ਼ਾਰ ਬਜ਼ੁਰਗ ਵਿੱਚ ਘੁੰਮਣਾ ਤਾਂ 1 ਨੰਬਰ ਦੇ ਕਰ ਸਕਦੇ ਆਪਾਂ 2 ਕਰਨੀ ਆ ਫਿਰ ਥੋੜਾ ਜਿਹਾ ਤੇਜ਼ ਹੋ ਜਾਣੀ ਹੈ ਉਹ ਗੇਰਾ ਵਾਲਾ ਹਿਸਾਬ ਹੈ ਹਾਂਜੀ ਹਾਂਜੀ ਤੇ ਆਹ ਬਟਨ ਨੂੰ ਪ੍ਰੈਸ ਕਰਕੇ ਰੇਸ ਦਊਂਗੇ ਤਾਂ ਪਿੱਛੇ ਨੂੰ ਚੱਲੂਗੀ ਇਹ ਰਿਵਰਸ ਵੀ ਚੱਲੂਗੀ ਅੱਛਾ ਜੇ ਬੈਕ ਕਰ ਲਈ ਹਾਂਜੀ ਰਿਵਰਸ ਚੱਲੂਗੀ ਤੇ ਆਹ ਬਟਨ ਰਿਵਰਸ ਦੀ ਵੀ ਸਪੀਡ ਉਨੀ ਹੋ ਨਹੀਂ ਰਿਵਰਸ ਦੀ ਭਾਜੀ 5-6 ਦੀ ਸਪੀਡ ਹੋਊਗੀ इंडिकेटर हो गई रिमोट तो भी ऑन ऑफ कर सकते हैं जे रिमोट तो ऑन करी तो रिमोट तो ही बंद होनी है अगर आप ऑन करनी रिमोट तो बटन नीचे वाले दो बारी प्रेस करना एक दो ऑन हो जानी है न्याणे रख सकते उपर आला बटन एक बार दबना इन लोग ला जाना अगर कोई हाथ वगैरह लाऊंगा इन्हें आवाज करन लग ठीक है ਹਾਂਜੀ ਅਗਰ ਚੱਕਾ ਲੋਕ ਕਰਨਾ ਤਾਂ ਆਹ ਬਟਨ ਨੂੰ ਇੱਕ ਵਾਰੀ ਦਬਾਉਣਾ ਥੱਲੇ ਵਾਲੇ ਨੂੰ ਠੀਕ ਆ ਦੇਖੋ ਚੱਕੇ ਦੇ 5-7 ਗੇੜੇ ਖਾਣੇ ਚੱਕਾ ਲੋਕ ਹੈ ਜੀ ਵਾਹ ਫੇਰ 5-7 ਗੇੜੇ ਖਾਣੇ ਫੇਰ ਲੋਕ ਹੋ ਜਾਣਾ ਇਹਨੇ ਰੋਡ ਦੀ ਚੋਰੀ ਕਰ ਸਕਦਾ ਜੀ ਚੋਰੀ ਨਹੀਂ ਕਰਦਾ ਤੇ ਅਗਰ ਬੋਲਣਾ ਹਾਂ ਮੋਟਿਆਂ ਪਰੇ ਜਾਣੀ ਹੈ ਤਾਂ ਫਿਰ ਜੇ ਕਿਤੇ ਖੜ ਗਈ ਹੈ ਆਮ ਕੋਈ ਸਕੂਟਰ ਮੰਗਣ ਲੋਕ ਵੀ ਇਹਦਾ ਵੀ ਥਾਂ ਗੱਲ ਕਿੱਥੇ ਜੀ ਕਰ ਹੈਂਡਲ ਲੋਕ ਲੱਗ ਗਈ ਯਾਰ ਹੈਂਡਲ ਲੋਕ ਵੀ ਲੱਗ ਗਿਆ ਦੇਖ ਲਾ ਕੇ ਹਾਂਜੀ ਹਾਂਜੀ ਕਿਆ ਭੁੱਲ ਗਿਆ ਹਾਂ ਹਾਂਜੀ पापे दे हले हाथ नहीं ना लगी भाई जी स्कूटरी करके हो गए जी लेट हुण मैं मत्था टेकण चलने मोटर ते बाकी फिर गुरुद्वारे भी मत्था टेक के आना उहदे करके लेट हो गए ना थोड़ा जिहा फिर बाद चो चलाउने आ फिर बंब बुंब ਚਿੱਟੀਆਂ ਲਾਈਟਾਂ ਵਾਲ ਲਓ ਜੀ ਮੱਥਾ ਟੇਕਣ ਲੱਗੇ ਆ ਬੀਬੀ ਨੂੰ ਹੁਣ ਦੇਖਿਆ ਸਰਪ੍ਰਾਈਜ਼ ਬੀਬੀ ਸਰਪ੍ਰਾਈਜ਼ ਹੈ ਸਰਪ੍ਰਾਈਜ਼ ਦੇਤਾ ਘੈਂਟਾ ਹਾਂ 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 ਚਾਬੀ ਹੁਣ ਘਰ ਉਹ ਆਪਾਂ ਨੂੰ ਤਾਂ ਆਇਆ ਤਾਂ ਹੈ ਆਪਾਂ ਨੂੰ ਤਾਂ ਆਇਆ ਤਾਂ ਵੀ ਮਠਿਆਈ ਦਿੱਤੀ ਹੈ YouTube ਬਣਾਉਣ ਮਠਿਆਈ ਮਠਿਆਈ ਦਿੱਤੀ ਕਿਆ ਦਿੱਤਾ ਗਿਫਟ ਕੋਈ ਨਹੀਂ ਆ ਦਿੱਤਾ ਹੈ ਕੋਈ ਨਾ ਫਿਰ ਇਹ ਕੰਪਨੀ ਵਾਲਿਆਂ ਨੇ ਹਾਂ ਇੱਕ ਉਹ ਦਿੱਤੀ ਹੈ ਮੂਰਤੀ मथा टेक के जी हो गए वेले ते हुण चलाउने आ जी अपनी बंदूक कढ़ी भी इधर आली चकदे आ गन हुण तुहानू दिखाउने आ पटाक पा के मराउने आ पटाके इंजॉय दिवाली सारिआं नूं हैप्पी दिवाली इक वार फिर मेरी तो फुलचड़ी मुक गई यार लो जी पहुंच चुके ने कहते मकड़ाने पिंड दी गैंगलैंड आले बंदे ब्लॉगर दा चाड़िया दिवाली नूं कटा सड़े घंटा देख तां ए इग्नोर कर दी है ना थोड़ी जी हले हाथ नहीं ना लगी हले डिस्कवरी सब तो सारा चाबी दे
72 हजार मूह मठा कराओ भाई बंद का लॉक बंद करके ऑन कर दे यार इन्हें बाल कटा ले चल फिर बंब बुंब जलाइए हैप्पी दिवाली फोक्स चल फिर चलते हैं चक दो चक ले तीन मैं रोपड़ दे लेके यार उदे करके लेट हो गए बहुत कैंट चीज आ लो जी भाई मैं स्काई शॉट नूं अग लाउण लग्गिया हुण स्काई शॉट ट्राई करदे आं परे हो जा लाडी लगे इधर अग भाई परले पासे नूं जा यार इधर नूं ना जा यार ये गल गलत इधर जग्गा खड़ा बेचारा अभी चलेगा चलेगा तो सही चलिया तो है नहीं यार मेरे तक कन्ना दे पड़ते पड़ते नहीं कुड़िए बरसीन च सड़ता साले ने दोबारा फिर चला दे ले तीन हजार दे तू बंब लेके हले तू कहना ओ बिल्ले तेरी ताकी जालती ओ छड़ दे ओ इधर नु देख छड़ भी दत्ता के तुसी आगे बंब वगैरह जी ओ रहन दे यार मेरा कैमरा ना करा दी बस रहन दे रहन दे तू रहन छड़ती उधर चल दिया उधर उधर चल दिया ओ लादा दे ला दे आगे ओ ले मैं सो गई यार उड़ूगी 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 उड़गी उड़के थोड़ी अपने खूंजे च बजी यार होर फिर बॉस किवें किदां हैप्पी दिवाली हाथ चक्री चलाउण लग गया चाचा ओए बहुत बंब मारदा उच्चे उच्चे बड़े बड़े हाथ च चलाउणे इन्हां ने
ਆ ਦੇਖੀ ਹੁਣ ਤੇ ਜਲਾਉਣ ਗਿਆ ਇਹ ਲੈ ਵੀ ਆ ਲੈ ਕਰ ਲਾ ਤੁਹਾਡੀ ਭੈਣ ਨੂੰ ਕਿਹੜੇ ਨੇ ਸੁੱਟਿਆ ਇਹ ਨਾ ਬਈ ਇਹ ਗੱਲ ਗਲਤ ਆ ਇਹ ਲੈ ਵੀ ਲੈ ਉਹ ਜੱਗੇ ਦੇ ਘਰਾਂ ਚਲੇ ਗਈ ਓਏ ਦੁਬਾਰਾ ਫਿਰ ਚਲਾ ਦੇ ਪੈਰਾਂ ਚ ਗਿਰ ਗਈ ਤਾਂ ਕਰਤਾ ਤਾਂ ਕੰਮ ਹੋਈ ਥੋੜ੍ਹਾ ਪੰਜ ਪੀਕ ਹਾਂਜੀ ਹਾਂਜੀ ਬਾਈ ਦੱਸੋ ਕੋਈ ਗੱਲ ਬਾਤ ਸੁਣਾਓ ਕੋਈ ਨਹੀਂ ਆਈ ਹੈ ਅੱਛਾ ਠੀਕ ਹੈ ਜੀ ਮੈਂ ਮੰਨ ਗਿਆ ਮੈਂ ਲਿਟਲ ਬੋਏ ਇਟਸ ਬਿਗ ਬ੍ਰਦਰ ਆ ਚੱਲ ਲਿਆ ਹੁਣ ਕਣਕ ਲੈ ਕੇ ਇਹਨੇ ਕਰਨਾ ਹੁਣ ਇਹਨੇ ਇੱਧਰ ਨੂੰ ਨਾ ਚਲਾ ਦੀ ਕਿਤੇ ਜੱਗੇ ਤੇਰੇ ਘਰਾਂ ਗਿਰ ਗਈ ਚੱਕ ਲਈ ਆ ਕੇ